ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਜਿੱਦਾਂ ਕਿ ਕੁਛ ਦਿਨ ਪਹਿਲਾਂ ਇੱਥੇ ਗੜਸ਼ਕ ਦਾ ਸਕੂਲ ਆ ਲੜਕਿਆਂ ਦਾ ਪੰਜਵੀਂ ਤੱਕ, ਉੱਥੇ ਅਸੀਂ ਆਏ ਸੀ। ਵੈਸੇ ਸਾਡਾ ਮੇਨ ਮਕਸਦ ਆ ਕੋਟੀਆਂ ਦੇ ਟੋਪੀਆਂ ਵੰਡਣ ਦਾ ਸੀਗਾ, ਪਰ ਸਾਨੂੰ ਆਉਣ ਦੇ ਮੌਕੇ 'ਤੇ ਸਟਾਫ ਨੂੰ ਰਿਕੁਐਸਟ ਕੀਤੀ ਗਈ ਕਿ ਹਾਂ ਇੱਥੇ ਵੀ ਟੈਂਕੀ ਦੀ ਪ੍ਰੋਬਲਮ ਆ ਰਹੀ ਹੈ, ਕਾਫੀ ਪਾਣੀ ਬਹੁਤ ਘੱਟ ਇਹਨਾਂ ਕੋਲ ਸਟੋਰ ਹੁੰਦਾ ਆ, ਅਤੇ ਉਹ ਟੈਂਕੀ ਦੀ ਪ੍ਰੋਬਲਮ ਹੱਲ ਕਰਦੇ ਹੋਏ ਅੱਜ ਅਸੀਂ 1000 ਲੀਟਰ ਦੀ ਟੈਂਕੀ ਨਾਲ ਐਡ ਕਰਾਤੀ ਆ। ਅਤੇ ਅੱਜ ਤੋਂ ਬਾਅਦ ਸਕੂਲ ਦੇ ਕੋਲ ਟੋਟਲ 1500 ਲੀਟਰ ਦੀ ਸਟੋਰੇਜ ਦੀ ਕਪੈਸਿਟੀ ਹੋ ਗਈ ਪਾਣੀ ਨੂੰ ਸਟੋਰ ਕਰਨ ਦੀ। ਅਤੇ ਇਸ ਦੇ ਰਿਗਾਰਡਿੰਗ ਅਸੀਂ ਅੱਜ ਸਾਰੇ ਇਕੱਠੇ ਹੋਏ ਸੀਗੇ ਅਤੇ ਸਾਡਾ ਜੋ ਕੰਮ ਸੀਗਾ ਅੱਜ ਪੂਰਾ ਹੋ ਗਿਆ। ਬਾਕੀ ਸਟਾਫ ਵੱਲੋਂ ਤੁਹਾਨੂੰ ਕਿਹਾ ਜਾਂਦਾ ਮੈਡਮ, ਸਭ ਤੋਂ ਪਹਿਲਾਂ ਸਾਡੇ ਸਮੂਹ ਸਟਾਫ ਵੱਲੋਂ PV ਸੰਸਥਾ ਨੂੰ ਸਭ ਤੋਂ ਪਹਿਲਾਂ ਧੰਨਵਾਦ, ਜਿਨ੍ਹਾਂ ਨੇ ਸਾਡੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਮੰਗ 'ਤੇ 1000 ਲੀਟਰ ਦੀ ਟੈਂਕੀ ਰਖਵਾਈ ਅਤੇ ਸਾਡੇ ਸਕੂਲ ਦੀ ਸਮੱਸਿਆ ਨੂੰ, ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਇਆ। ਧੰਨਵਾਦ। ਦੇਖ ਲੈ ਕੋਈ।